ਗਿਆ ਤੇਰਾ ਉਹੀ ਅੰਦਾਜ਼ ਦੇਖਣ ਨੂੰ। ਜੇ ਮੁੱਦਾ ਹੋਣ ਦਾ ਹੋਇਆ ਤੇ ਤੀਰਾਂ ਵਾਂਗ ਟਕਰਾਂਗੇ, ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਡਦੇ ਬਾਜ ਵੇਖਣ ਨੂੰ। ਚੱਲ ਸ਼ੇਰਾ ਤੇ ਉੱਠ ਫਿਰ ਜਲਵਾ ਵਿਖਾ ਆਪਣਾ, ਬੜੀ ਬੇਤਾਬ ਹੈ ਦੁਨੀਆ। ਚੱਲ ਸ਼ੇਰਾ ਉੱਠ ਜਲਵਾ ਵਿਖਾ ਆਪਣਾ, ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਵੇਖਣ ਨੂੰ।
ਚੋਣ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਲੈਕਸ਼ਨ ਜਿਹੜੀ ਆ ਬਹੁਤ ਸਿਖਰਾਂ ਤੇ ਪਹੁੰਚ ਚੁੱਕੀ ਆ। ਹੁਣ ਆਪਾਂ ਦਿਨ ਰਾਤ ਕਰਕੇ ਤੇ ਜੋਸ਼ੀ ਸਾਹਿਬ ਨੂੰ ਬਹੁਤ ਵੱਡੀ ਲੀਡ ਨਾਲ ਜਿਤਾਉਣਾ ਵਾ। ਜਿਸ ਤਰ੍ਹਾਂ ਕਿ ਜੋਸ਼ੀ ਸਾਹਿਬ ਆ ਪ੍ਰੋਗਰਾਮ ਬਹੁਤ ਛੋਟਾ ਜਿਹਾ ਰੱਖਿਆ ਸੀਗਾ, ਅਸੀਂ ਥੋੜੇ ਜੇ ਰੱਖਿਆ ਸੀ ਤੇ ਪ੍ਰੋਗਰਾਮ ਦੇਖੋ ਕਿਸ ਤਰ੍ਹਾਂ ਦਾ ਹੋ ਗਿਆ ਵਾ। ਇਸ ਕਰਕੇ ਲੋਕਾਂ ਚ ਬਹੁਤ ਜ਼ਿਆਦਾ ਉਤਸ਼ਾਹ ਵਾ ਤੇ ਵੱਧ ਤੋਂ ਵੱਧ ਚੜ ਕੇ ਵੋਟਾਂ 20 ਤਰੀਕ ਨੂੰ ਤੱਕਣੀ ਚੋਣ ਛਾਣ ਤੇ ਮੋਹਰਾਂ ਲਾਉਣੀਆਂ ਵਾ ਤੇ ਵੱਡੀ ਲੀਡ ਨਾਲ ਆਪਾਂ ਜੋਸ਼ੀ ਸਾਹਿਬ ਨੂੰ ਜਿਤਾਉਣਾ ਵਾ। ਅੱਜ ਵੇਖ ਲਿਆ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਤੋਂ ਮੈਂ ਗੱਲ ਕਰਾਂਗਾ ਕਿ ਛੋਟਾ ਜਿਹਾ ਇੱਕ ਪ੍ਰੋਗਰਾਮ ਰੱਖਿਆ ਸੀਗਾ, ਉਹ ਇੰਨਾ ਪਿਆਰ ਵੇਖਣ ਨੂੰ ਮਿਲਿਆ ਵਾ ਕਿ ਉਹ ਜਿਹੜਾ ਰੈਲੀ ਦਾ ਰੂਪ ਧਾਰਨ ਕਰ ਗਿਆ ਵਾ। ਇਹ ਤੁਹਾਨੂੰ ਦੱਸਦਾ ਏ ਸਾਰਿਆਂ, ਮਤਲਬ ਕਿ ਜਿੰਨੇ ਵੀ ਚੈਨਲ ਵਾਲੇ ਆ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਆ, ਉਹ ਸਾਰੇ ਹੈਰਾਨ ਹੋ ਰਹੇ ਆ ਕਿ ਵਾਕਈ ਜਿੱਧਰ ਵੀ ਅਸੀਂ ਜਾਂਦੇ ਹਾਂ ਜੋਸ਼ੀ ਜੋਸ਼ੀ ਹੋ ਰਿਹਾ। ਔਰ ਅੱਜ ਬੱਚੇ ਔਰ ਖਾਸ ਕਰਕੇ ਜਿਹੜੇ ਬਜ਼ੁਰਗ ਹੈ, ਸਾਡੀਆਂ ਮਾਵਾਂ ਸਾਡੀਆਂ ਭੈਣਾਂ, ਉਹਨਾਂ ਨੇ ਦਿਲੋਂ ਆਸ਼ੀਰਵਾਦ ਵੀ ਦਿੱਤਾ ਵਾ ਔਰ ਬੜੇ ਉਤਸ਼ਾਹ ਦੇ ਨਾਲ ਅੱਜ ਜਿਹੜਾ ਸਾਡਾ ਅਨਿਲ ਜੋਸ਼ੀ ਉਮੀਦਵਾਰ ਹੈ ਉਹਨੂੰ ਜਿੱਤ ਦਾ ਸਿਹਰਾ ਪਾਉਣ ਵਾਸਤੇ